ਹੋ ਗਿਆ, ਅਜੇ ਤੱਕ ਬੱਸ ਨਹੀਂ ਆਈ। ਸਹੀ ਗੱਲ ਹੈ ਜੀ, ਅਖਰੇ ਕਿਆ ਰੋਲਾ ਚੱਲਿਆ ਹੈਗਾ, ਬੱਸਾਂ ਹੀ ਬੰਦ ਹੋ ਗਈਆਂ। ਓਏ ਸਰਕਾਰ ਨੇ ਬੱਸਾਂ ਬੰਦ ਕਰਤੀਆਂ ਨੇ, ਕੋਈ ਵੱਡੀ ਬਿਮਾਰੀ ਆਈ ਹੈ? ਸਰਕਾਰ ਕਹਿੰਦੀ ਇੱਕ ਥਾਂ ਤੇ ਵਾਲੇ ਬੰਦੇ ਇਕੱਠੇ ਨਾ ਹੋ। ਰਾਮ ਰਾਮ ਜੀ। ਰਾਮ ਰਾਮ। ਰਾਮ ਰਾਮ ਬਾਊ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਰਾਮ ਰਾਮ। ਸਤਿ ਸ਼੍ਰੀ ਅਕਾਲ। ਇੱਥੇ ਗੋਮੇ ਚੌਧਰੀ ਦਾ ਘਰ ਕਿਹੜਾ? ਮੈਂ ਉਹਨਾਂ ਘਰੇ ਵਿਆਹ ਤੇ ਜਾਵਣਾ ਹੈ। ਗੋਮੇ ਚੌਧਰੀ ਦਾ ਘਰ? ਹਾਂ। ਇੱਕ ਮਿੰਟ ਰੁਕਿਆ। ਹੈਲੋ। ਹੈਲੋ। ਹਾਂ ਬੋਲ। ਲੱਤਾਂ ਵੜ ਦਿਓ। ਹੈ ਹੱਥ ਵੀ ਵੜ ਦਿਓ। ਗਲਾ ਨਾ ਵੱਢਿਆ, ਗਲਾ ਨਾ ਵੱਢਿਆ, ਗਲਾ ਮੈਂ ਆਪ ਆ ਤੇ ਵੜਸਾਂ। ਸਾਰਾ ਕੰਮ ਸਾਵਧਾਨੀ ਨਾਲ ਹੋਣਾ ਚਾਹੀਦਾ ਹੈ। ਆ ਕੀ ਗੱਲ ਸਮਝ ਚ? ਆ ਕਿਹਦੇ ਗਏ? ਖਲੋ ਜਾਓ, ਖਲੋ ਜਾਓ, ਓ ਖਲੋ ਜਾਓ, ਬਹਿ ਜਾਓ ਥੱਲੇ, ਬਹਿ ਜਾਓ, ਬਹਿ ਜਾਓ। ਹਾਏ ਹਾਏ। ਓਏ ਮੇਰੀ ਗੱਲ ਤਾਂ ਸੁਣ ਲਓ ਯਾਰ, ਤੁਸੀਂ ਕਿਉਂ ਵੱਜਦੇ ਪਏ ਨੇ? ਵਜਾ ਵਜਾ ਤੇ ਮੈਨੂੰ ਸਾਹ ਹੋਰ ਚੜਾ ਦਿੱਤਾ ਨੇ। ਓਏ ਵੀਰਾ ਮੈਨੂੰ ਮਾਫ਼ ਕਰ ਦੇ, ਮੇਰੇ ਛੋਟੇ ਛੋਟੇ ਬਾਲ ਨੇ। ਰੱਬ ਦਾ ਵਾਸਤੇ ਸਾਨੂੰ ਬਖਸ਼ ਚਾ, ਜਾਨੂੰ ਨਾ ਮਾਰ, ਮਾਫ਼ ਕਰ ਦੇ ਭਰਾ। ਭਰਾ ਮੈਂ ਤਾਂ ਹਾਲੀ ਤੱਕ ਪੜ੍ਹਦੀ ਪਈ, ਮੈਨੂੰ ਤਾਂ ਬਖਸ਼ ਦੇ। ਓਏ ਮੈਂ ਤੁਹਾਨੂੰ ਆਂਦਾ ਕੀ ਪਿਆ, ਮੈਨੂੰ ਇਹ ਤਾਂ ਦੱਸੋ ਵਾਲਾ। ਮੈਂ ਇਹ ਪੁੱਛਿਆ ਵੀ ਗੋਮੇ ਚੌਧਰੀ ਦਾ ਘਰ ਕਿਹੜਾ ਹੈ? ਮੈਂ ਵਿਆਹ ਤੇ ਜਾਣਾ। ਤੁਸੀਂ ਤਾਂ ਪਾਉ ਬੰਦੇ ਬੁੰਦੇ ਵੱਢਦੇ ਨੇ, ਏਡੇ ਵੱਡੇ ਬਦਮਾਸ਼ ਹੈਗੇ ਨੇ। ਓਏ ਕਾਹ ਆਖਾਂ ਤੈਨੂੰ ਮੈਂ ਬਦਮਾਸ਼ ਹਾਂ? ਮੈਂ ਤਾਂ ਕਦੇ ਚੂਹਾ ਨਹੀਂ ਮਾਰਾ। ਤੇ ਆ ਜਿਹੜੀਆਂ ਫੋਨ ਤੇ ਬੰਦੇ ਬੁੰਦੇ ਵੱਢਣ ਦੀ ਗੱਲਾਂ ਕਰਦਾ ਪਿਆ ਆਇਆ, ਇਹ ਕੀ ਆਇਆ? ਓ ਹੋ। ਓਏ ਗੁੱਲ ਹੋ ਜਾਵੀ, ਮੈਂ ਆ ਦਰਜੀ ਬੰਦਾ ਤੇ ਮੈਂ ਆਪਦੇ ਚੇਲੇ ਨੂੰ ਸੂਟ ਕੱਟਣ ਦਾ ਤਰੀਕਾ ਦੱਸਦਾ ਪਿਆ।